ਸਰਾਭਾ ਵਿੱਚ ਬੰਦ ਦਾ ਅਸਰ ਪੂਰੀ ਤਰ੍ਹਾਂ, ਬਾਜ਼ਾਰ ਜਿਹੜੇ ਨੇ ਉਹ ਦੁਕਾਨਾਂ ਬੰਦ ਪਈਆਂ ਨੇ ਜੀ। ਪੂਰੇ ਨਾਭੇ ਦੇ ਵਿੱਚ ਕਿਸਾਨ ਯੂਨੀਅਨ ਦੇ ਜਿਹੜੇ ਵਰਕਰ ਨੇ ਉਹ ਨਾਭਾ ਬੰਦ ਕਰਵਾ ਰਹੇ ਨੇ ਅਤੇ ਪੂਰੀਆਂ ਜਿਹੜੀ ਮਾਰਕੀਟ ਹੈ ਇਹ ਬੰਦ ਪਈ ਹੈ ਨਾਭੇ ਦੀ। ਸਾਨੂੰ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਵੀਰਾਂ ਨੇ ਐਂਬੂਲੈਂਸ ਵਗੈਰਾ ਨੂੰ ਕੋਈ ਨਹੀਂ ਰੋਕ ਜੀ। ਨਾਭਾ ਵਿੱਚ ਕਿਸਾਨ ਯੂਨੀਅਨ ਵੱਲੋਂ ਧਰਨਾ ਲਾ ਦਿੱਤਾ ਗਿਆ ਰੋਹੜੀ ਦੇ ਬੁਲਾਉਂਦੇ, ਔਰ ਲੋਕ ਜਿਹੜੇ ਨੇ ਜਿੱਦ ਬਹਿਸ ਕਰਦੇ ਹੋਏ ਪਰੇਸ਼ਾਨ ਹੋ ਰਹੇ ਨੇ ਲੋਕ ਵੀ, ਔਰ ਕਿਸਾਨ ਯੂਨੀਅਨ ਵੱਲੋਂ ਜਿਹੜਾ ਇਹ ਧਰਨਾ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਜਿਹੜੇ ਲੋਕਾਂ ਨੂੰ ਐਮਰਜੈਂਸੀ ਹੈ ਜੀ ਉਹਨਾਂ ਨੂੰ ਦੇਖੋ ਬਿਲਕੁਲ ਜਾਣ ਦਿੱਤਾ ਜਾ ਰਿਹਾ ਹੈ। ਇਹ ਕੋਈ ਸਕੂਲ ਦੇ ਵਿਦਿਆਰਥੀ ਢਿੱਲਾ ਅਤੇ ਬਿਮਾਰ ਆ, ਉਸਨੂੰ ਉਸ ਗੱਡੀ ਨੂੰ ਜਾਣ ਦਿੱਤਾ ਜਾ ਰਿਹਾ ਹੈ। ਕਿਸਾਨ ਯੂਨੀਅਨ ਵੱਲੋਂ ਪੂਰਾ ਲੋਕਾਂ ਨਾਲ ਸਹਿਯੋਗ ਕੀਤਾ ਜਾ ਰਿਹਾ, ਜੇ ਕੋਈ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਸਨੂੰ ਜਾਣ ਵੀ ਦਿੱਤਾ ਜਾ ਰਿਹਾ, ਰਸਤਾ ਖੋਲ੍ਹਿਆ ਜਾ ਰਿਹਾ ਉਸ ਲਈ। ਨਾਭਾ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਨੇ ਸਾਡੇ ਨਾਲ ਜੀ, ਅਸੀਂ ਗੱਲਬਾਤ ਕਰਾਂਗੇ। ਅੱਜ ਰੋਹੜੀ ਦੇ ਪੁਲਾਂ 'ਤੇ ਇਹਨਾਂ ਨੇ ਧਰਨਾ ਲਾਇਆ ਮੋਦੀ ਦੀਆਂ ਨੀਤੀਆਂ ਦੇ ਖਿਲਾਫ। ਪ੍ਰਧਾਨ ਜੀ, ਅੱਜ ਇਹ ਜਿਹੜਾ ਧਰਨਾ ਤੁਸੀਂ ਲਾਇਆ ਇਹ ਕਿਸ ਵਿਸ਼ੇ 'ਤੇ ਲਾਇਆ? ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੁਲਾਜ਼ਮ ਜਥੇਬੰਦੀਆਂ ਅਤੇ ਟੈਕਨੀਕਲ ਸਰਵਿਸ ਜੁਟੀਆਂ ਵੱਲੋਂ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੋਇਆ, ਉਸ ਸੰਬੰਧ ਦੇ ਵਿੱਚ ਅੱਜ ਜਿਹੜਾ ਚੱਕਾ ਜਾਮ ਦੀ ਕਾਲ ਸੀਗੀ ਨਾਭੇ ਦੇ ਵਿੱਚ, ਅੱਜ ਇਹ ਰੋਹੜੀ ਦੇ ਪੁਲਾਂ ਦੇ ਉੱਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਦੀਆਂ ਨੂੰ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਜਿਹੜਾ ਅੱਜ ਧਰਨਾ ਚੱਲ ਰਿਹਾ ਜਿਹੜਾ 4 ਵਜੇ ਤੱਕ। ਅਸੀਂ ਦੇਖਿਆ ਬਹੁਤ ਜ਼ਿਆਦਾ ਵੀ ਕਿਸਾਨ ਯੂਨੀਅਨ ਦੇ ਜਿਹੜੇ ਮੈਂਬਰ ਨੇ ਧਰਨਾ ਲਾਇਆ ਹੋਇਆ ਉਹ ਲੋਕਾਂ ਨਾਲ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ। ਕੋਈ ਐਂਬੂਲੈਂਸ ਹੁੰਦੀ ਹੈ ਜਾਂ ਕੋਈ ਬਿਮਾਰ ਉਹਨਾਂ ਨੂੰ ਵੀ ਲੰਘਣ ਦਿੱਤਾ ਜਾ ਰਿਹਾ, ਇਹ ਤੁਸੀਂ ਬਹੁਤ ਵਧੀਆ ਕੰਮ ਆ। ਅਤੇ ਰਾਤ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਆ ਜੀ, ਉਸ ਵਿੱਚ ਕੀ ਗੱਲ ਹੋਈ, ਕੀ ਸਮਝੌਤਾ ਹੋਇਆ, ਜਿਹੜੀ ਕਾਲ ਜਾਂ ਨਿਊਜ਼ ਆ ਰਹੀ ਆ ਉਹ ਕੀ ਹੋਇਆ? ਜਿਹੜੀ ਚੱਲ ਰਹੀ ਆ ਨਾ ਮੀਟਿੰਗ ਉਹ ਚੱਲ ਰਹੀ ਹੈ ਜਿਹੜੀਆਂ ਜਥੇਬੰਦੀਆਂ ਦਾ 13 ਨੂੰ ਦਿੱਲੀ ਕੂਚ ਦਾ ਫੈਸਲਾ, ਇਹ ਸੰਯੁਕਤ ਮੋਰਚੇ ਦਾ ਫੈਸਲਾ ਉਹਦੇ ਨਾਲ ਨਹੀਂ ਹੈ ਕਿਉਂਕਿ ਮੀਟਿੰਗ ਉਹਨਾਂ ਨਾਲ ਹੋਈ ਹੈ। ਇਹ ਜਿਹੜਾ ਅੱਜ ਦਾ ਬੰਦ ਹੈ ਭਾਰਤ ਬੰਦ, ਇਹ ਕਿਸਾਨ ਯੂਨੀਅਨ ਆ, ਟੈਕਨੀਕਲ ਯੂਨੀਅਨ ਅਤੇ ਵਪਾਰ ਮੰਡਲ ਅਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀ ਕਲਮ ਸੋੜ ਹੜਤਾਲ ਆ ਅਤੇ ਕਿਸਾਨਾਂ ਦਾ ਅੱਜ ਚੱਕਾ ਜਾਮ ਹੈ ਮੰਗਾਂ ਦੇ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਦਾ, ਬਹੁਤ ਬਹੁਤ ਧੰਨਵਾਦ।